ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ حاضر ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨੇਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਮਕਾਨ ਬਣਾਉਣ ਦੇ ਲਈ ਸਸਤੀ ਰੇਤਾ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਅਹਿਮ ਖਬਰ ਲੋਕਾਂ ਨੂੰ ਅਜੇ ਮਕਾਨ ਬਣਾਉਣ ਲਈ ਨਾ ਤਾਂ ਸਸਤੀ ਰੇਤਾ ਮਿਲੇਗੀ ਨਾ ਹੀ ਬਜਰੀ ਪੰਜਾਬ ਸਰਕਾਰ ਵੱਖ-ਵੱਖ ਥਾਵਾਂ ਤੇ ਜਿਹੜੇ ਨਵੇਂ ਵਿਕਰੀ ਕੇਂਦਰ ਖੋਲਣ ਜਾ ਰਹੀ ਹੈ ਜੀ ਕੁਝ ਥਾਵਾਂ ਤੇ ਨਹੀਂ ਖੁੱਲਣਗੇ ਕਿਉਂਕਿ ਇਹਨਾਂ ਵਿਕਰੀ ਕੇਂਦਰਾਂ ਤੇ ਰੇਤਾ ਤੇ ਬਜਰੀ ਲਿਆਉਣ ਲਈ ਸਰਕਾਰ ਨੂੰ ਵੱਧ ਖਰਚਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਅਜੇ ਸਰਕਾਰ ਵੱਲੋਂ ਤੈਅ ਕੀਤਾ 5 ਰੁਪਏ 50 ਪੈਸੇ ਪ੍ਰਤੀ ਕਿਊਬਿਕ ਫੁੱਟ ਦਾ ਰੇਟ ਨਹੀਂ ਮਿਲੇਗਾ ਬਿਲਡਿੰਗ ਮਟੀਰੀਅਲ ਵਾਲੇ ਵੀ ਰੇਤਾ ਤੇ ਬਜਰੀ ਨਹੀਂ ਚੁੱਕ ਰਹੇ ਜਿੰਨੀ ਵੀ ਰੇਤਾ ਤੇ ਬਜਰੀ ਸਿਟੀ ਵਿੱਚ ਸਪਲਾਈ ਹੋ ਰਹੀ ਹੈ ਜਿੰਨਾ ਜਾਇਜ ਢੰਗ ਨਾਲ ਹੀ ਆ ਰਹੀ ਹੈ ਪਰ ਲੋਕਾਂ ਨੂੰ ਸਸਤੀ ਰੇਤਾ ਤੇ ਬਜਰੀ ਦੇਣ ਲਈ ਪੰਜਾਬ ਸਰਕਾਰ ਮਾਈਨਿੰਗ ਵਿਭਾਗ ਤੋਂ ਸਰਵੇ ਰਿਪੋਰਟ ਤਿਆਰ ਕਰਵਾ ਰਹੀ ਹੈ ਜੀ 20 ਫਰਵਰੀ ਨੂੰ ਸਰਵੇ ਰਿਪੋਰਟ ਜਮ੍ਹਾਂ ਕਰਵਾ ਦਿੱਤੀ ਜਾਵੇਗੀ ਮਾਈਨਿੰਗ ਅਧਿਕਾਰੀ ਗੁਰਬੀਰ ਸਿੰਘ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਚ 31 ਨਵੀਆਂ ਸਾਈਟਾਂ ਲਭੀਆਂ ਗਈਆਂ ਨੇ ਜੇਕਰ ਸ਼ੁਰੂ ਹੋਈਆਂ ਤੇ ਇਸ ਤੋਂ ਜ਼ਿਆਦਾ ਵੀ ਸ਼ੁਰੂ ਹੋ ਰਹੀਆਂ ਨੇ ਮਹਿੰਗੀ ਰੇਤਾ ਤੇ ਬਜਰੀ ਤੋਂ ਆਮ ਜਨਤਾ ਨੂੰ ਅਜੇ ਨਹੀਂ ਮਿਲੇਗੀ ਰਾਹਤ ਸਾਈਟਾਂ ਤੋਂ ਖੁੱਦ ਰੇਤਾ ਬਜਰੀ ਚੁੱਕਣ ਦਾ ਲਿਆਂਦਾ ਜਾ ਰਿਹਾ ਹੈ ਨਿਜਮ ਸਤਲੁਜ ਵਾਲੀ ਖੱਡ ਤੋਂ ਹੀ ਆ ਰਿਹਾ ਹੈ ਰੇਤਾ ਸੜਕ ਹਾਦਸੇ ਚ ਮੁਆਵਜ਼ਾ ਰਕਮ ਤੇ ਹਾਈ ਕੋਰਟ ਦਾ ਅਹਿਮ ਫੈਸਲਾ ਮਰਤਕ ਦੀ ਪਤਨੀ ਸਨੇ ਵਿਵਤਾ ਧੀ ਵੀ ਮੁਆਵਜ਼ੇ ਦੀ ਹੱਕਦਾਰ ਹਾਈ ਕੋਰਟ ਨੇ ਸੜਕ ਦੁਰਘਟਨਾ ਦੇ ਇੱਕ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਉਂਦੇ ਮ੍ਰਿਤਕ ਦੀ ਪਤਨੀ ਤੋਂ ਇਲਾਵਾ ਉਸਦੀ ਵਿਆਹੁਤਾ ਧੀ ਨੂੰ ਵੀ ਮਾਫਜੇ ਦੇ ਅਧਿਕਾਰੀ ਹੋਣ ਦਾ ਗੱਲ ਕਹੀ ਹੈ ਹਾਈ ਕੋਰਟ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਵਿਆਹੁਤਾ ਧੀਆਂ ਦਾ ਮਾਪਿਆਂ ਵੱਲ ਧਿਆਨ ਰੱਖਿਆ ਜਾਂਦਾ ਹੈ ਉਹਨਾਂ ਨੂੰ ਤਿਹਾਰ ਤੇ ਹੋਰ ਮੌਕਿਆਂ ਤੇ ਅਕਸਰ ਹੀ ਨਗਦ ਅਤੇ ਹੋਰ ਤਰ੍ਹਾਂ ਦੇ ਸੋਫੇ ਦਿੱਤੇ ਜਾਂਦੇ ਨੇ ਪਿਤਾ ਦੀ ਮੌਤ ਨਾਲ ਧੀ ਉਨ੍ਹਾਂ ਦੇ ਪਿਆਰ ਤੋਂ ਵਾਂਝੀ ਹੋਈ ਹੈ ਤੇ ਇਸ ਦਾ ਆਰਥਿਕ ਨੁਕਸਾਨ ਵੀ ਚੁੱਕਣਾ ਪੈਂਦਾ ਜਿਸ ਕਾਰਨ ਉਹ ਮਾਅਵਜੇ ਦੇ ਵਿੱਚ ਹਿੱਸਾ ਪਾਉਣ ਦੀ ਹੱਕਦਾਰ ਹੈ ਜਸਟਿਸ ਹਰਮਿੰਦਰ ਸਿੰਘ ਮੈਦਾਨ ਨੇ ਹੁਕਮ ਦਿੱਤਾ ਕਿ ਸੜਕ ਦੁਰਘਟਨਾ ਵਿੱਚ ਟ੍ਰਿਬਿਊਨਲ ਵੱਲੋਂ ਸਿਰਫ ਮ੍ਰਿਤਕ ਦੀ ਵਿਧਵਾ ਨੂੰ ਮਾਅਵਜਾ ਦੇਣ ਦੇ ਫੈਸਲੇ ਖਿਲਾਫ ਬੀਮਾ ਕੰਪਨੀ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਬੀਮਾ ਕੰਪਨੀ ਨੇ ਮ੍ਰਿਤਕ ਦੀ ਵਿਧਵਾ ਨੂੰ 9 ਲੱਖ 40000 ਰੁਪਏ ਦਾ ਮਾਅਵਜਾ ਦੇਣ ਵਿਆਜ ਸਣੇ ਦੇਣ ਦੇ ਹੁਕਮਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਨਵੀਂ ਇੰਡਸਟਰੀ ਬਣਾਉਣ ਲਈ ਪੁਰਾਣੀ ਬਰਬਾਦ ਕਰ ਰਹੀ ਆ ਪੰਜਾਬ ਸਰਕਾਰ ਅਦਯੋਗਪਤੀਆਂ ਨੇ ਖੋਲਿਆ ਰਾਜ ਪੰਜਾਬ ਦੇ ਲੁਧਿਆਣਾ ਵਿੱਚ ਸ਼ੁੱਕਰਵਾਰ ਨੂੰ ਅਦਯੋਗਪਤੀਆਂ ਨੇ ਸਰਕਾਰ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਪੰਜਾਬ ਸਰਕਾਰ ਤੇ ਦੋਸ਼ ਲਾਉਂਦਿਆਂ ਸੰਨਦਕਾਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਨੂੰ ਨਵੀਆਂ ਸੰਨਤਾਂ ਲਾਉਣ ਲਈ ਕਈ ਤਰ੍ਹਾਂ ਦੀਆਂ ਰੈਇਤਾਂ ਦਿੱਤੀਆਂ ਜਾ ਰਹੀਆਂ ਨੇ ਪੁਰਾਣੀਆਂ ਸੰਨਤਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਿਸ ਕਾਰਨ ਉਹਨਾ ਉਹ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ ਸਾਈਕਲ ਸੰਨਤ ਫਾਸਟਰ ਸੰਨਤ ਅਤੇ ਹੋਰ ਸੰਨਤਾਂ ਵੱਲੋਂ ਲੁਧਿਆਣਾ ਦੇ ਗਿੱਲ ਰੋਡ ਤੇ ਸਾਈਕਲ ਮਾਰਕੀਟ ਦੇ ਨੇੜੇ ਪੁਤਲਾ ਫੂਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਸਰਕਾਰ ਤੇ ਪੁਰਾਣੀ ਇੰਡਸਟਰੀ ਨੂੰ ਬਰਬਾਦ ਕਰਨ ਦਾ ਦੋਸ਼ ਐ ਸੰਨਤਕਾਰਾਂ ਦਾ ਕਹਿਣਾ ਕਿ ਸੂਬਾ ਸਰਕਾਰ ਨੇ ਉਹਨਾਂ ਨੂੰ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਪੂਰਾ ਨਹੀਂ ਹੋਇਆ ਯੂਥ ਕਾਂਗਰਸ ਨੇ ਵੀ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਹੈ ਮੋਦੀ ਯੂਕਰੇਨ ਯੁੱਧ ਨੂੰ ਰੋਕਣ ਲਈ ਵਾਲਦੀਮੀਰ ਪੁੱਤਨ ਨੂੰ ਮਨਾ ਸਕਦਾ ਅਮਰੀਕਾ ਸੋ ਵੱਡੀ ਖਬਰ ਆ ਪਰ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਅਮਰੀਕਾ ਪਿਛਲੇ 24 ਸਾਲ 24 ਫਰਵਰੀ ਤੋਂ ਜਾਰੀ ਰੂਸ ਯੂਕਰੇਨ ਜੰਗ ਨੂੰ ਰੋਕਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਅਮਰੀਕਾ ਨੇ ਅੱਜ ਕਿਹਾ ਕਿ ਯੂਕਰੇਨ ਯੋਧ ਨੂੰ ਰੋਕਣ ਲਈ ਅਜੇ ਵੀ ਸਮਾਂ ਹੈ ਅਮਰੀਕਾ ਦੀ ਨਜ਼ਰ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਉੱਤੇ ਹੈ ਅਮਰੀਕਾ ਦਾ ਮੰਨਣਾ ਹੈ ਕਿ ਪੀਐਮ ਮੋਦੀ ਯੂਕਰੇਨ ਅਤੇ ਰੂਸ ਵਿਚਾਲੇ ਦੁਸ਼ਮਣੀ ਨੂੰ ਖਤਮ ਕਰ ਸਕਦੇ ਨੇ ਰੂਸੀ ਰਾਸ਼ਟਰਪਤੀ ਵਾਲਦਮੀਰ ਪੁਤਨ ਨੂੰ ਯੁੱਧ ਰੋਕਣ ਲਈ ਮਨਾ ਸਕਦੇ ਨੇ ਵਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਜੌਨ ਕਿਰਬੀ ਤੋਂ ਪੁੱਛਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਨੂੰ ਰੋਕਣ ਜਾਂ ਰਾਸ਼ਟਰਪਤੀ ਵਾਲਦਮੀਰ ਪੁਤਨ ਨੂੰ ਮਨਾਉਣ ਲਈ ਬਹੁਤ ਦੇਰ ਹੋ ਗਈ ਹੈ ਉੱਡਦੇ ਜਹਾਜ਼ ਵਿੱਚ ਤਰਨਤਾਰਨ ਦੀ ਸਰਬਜੀਤ ਕੌਰ ਦੀ ਹੋਈ ਮੌਤ ਬੀਤੇ ਦਿਨੀ ਪਟਨਾ ਤੋਂ ਅਮਰਤ ਆਰਿਸ ਵਾਇਸ ਜੱਟ ਦੀ ਫਲਾਈਟ 'ਚ ਇੱਕ ਮੈਲਾ ਯਾਤਰੀ ਦੀ ਮੌਤ ਹੋ ਗਈ ਆ ਟੇਕ ਆਫ ਤੋਂ ਬਾਅਦ ਔਰਤ ਦੀ ਸਿਹਤ ਵਿਗੜ ਗਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ ਪਰ ਔਰਤ ਦੀ ਮੌਤ ਹੋ ਗਈ ਕਾਗਜ਼ੀ ਕਾਰਵਾਈ ਤੋਂ ਬਾਅਦ Laash ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ ਪ੍ਰੀपेड ਬਿਜਲੀ ਮੀਟਰ ਯੋਜਨਾ ਨੇ ਵਧਾਈ ਲੋਕਾਂ ਦੀ ਚਿੰਤਾ ਜਾਣੋ ਕਿਵੇਂ ਕੰਮ ਕਰਦੇ ਹਨ ਮੀਟਰ ਤੇ ਕੀ ਨੇ ਇਸ ਦੇ ਲਾਭ ਦੇਸ਼ ਦੇ ਅੰਦਰ ਘਰਾਂ ਚੋਂ ਸਮਾਰਟ ਪ੍ਰੀਪੇਡ ਮੀਟਰ ਲਾਉਣ ਦੀ ਯੋਜਨਾ ਚੱਲ ਰਹੀ ਹੈ ਬਿਜਲੀ ਖਪਤਕਾਰਾਂ ਦੇ ਮਨਾਂ ਵਿੱਚ ਸਵਾਲ ਪੈਦਾ ਕਰ ਦਿੱਤੇ ਨੇ ਸਰਕਾਰ ਪ੍ਰੀਪੇਡ ਮੀਟਰ ਕੀ ਬੁਲਾਏ ਹਾਲੀ ਦੇ ਵਿੱਚ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 'ਚੋ ਐਲਾਨ ਕੀਤਾ ਗਿਆ ਦੇਸ਼ ਅੰਦਰ ਅਗਲੇ 3 ਦਿਨਾਂ ਦੌਰਾਨ ਅ 3 ਸਾਲਾਂ ਦੇ ਦੌਰਾਨ ਹਰ ਘਰ ਦੇ ਵਿੱਚ ਸਮਰਾਟ ਪ੍ਰੀਪੇਡ ਮੀਟਰ ਲਾਉਣ ਦੀ ਯੋਜਨਾ ਲੀਕੀ ਗਈ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਸਰਕਾਰੀ ਦਫ਼ਤਰਾਂ ਤੋਂ ਸਮਾਰਟ ਮੀਟਰ ਲਾਉਣ ਦੀ ਸ਼ੁਰੂਆਤ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਡਟਵਾ ਵਿਰੋਧ ਕੀਤਾ ਗਿਆ ਫਿਲਹਾਲ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਵਿਰੋਧ ਕਰਨ ਇਸ ਯੋਜਨਾ ਨੂੰ ਸੂਬੇ ਪਾਰ ਵਿੱਚ ਪ੍ਰਭਾਵੀ ਤੌਰ ਤੇ ਲਾਗੂ ਕਰਨਾ ਆਸਾਨ ਨਹੀਂ ਲੱਗ ਰਿਹਾ ਸਬੰਧੀ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੇਤਾਵਾਂ ਵੱਲੋਂ ਤਿੱਖੇ ਵਿਰੋਧ ਦੇ ਸੁਰਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਨੇ ਪ੍ਰੀਪੇਡ ਮੀਟਰ ਕਿਸ ਤਰੀਕੇ ਨਾਲ ਕੰਮ ਕਰਦਾ ਹੈ ਜੋ ਨੇੜਲੇ ਮੋਬਾਈਲ ਟਾਵਰਾਂਹੀਂ ਸਿਗਨਲ ਬਿਜਲੀ ਕੰਪਨੀਆਂ ਚ ਲੱਗਣ ਵਾਲੇ ਰੀਸੀਵਰ ਤੱਕ ਪਹੁੰਚਾਉਂਦਾ ਹੈ ਤੇ ਬਿਜਲੀ ਕੰਪਨੀਆਂ ਦਫ਼ਤਰ ਦੀ ਮੀਟਰ ਦੀ ਰੀਡਿੰਗ ਦੀ ਨਿਗਰਾਨੀ ਸੰਭਵ ਹੋ ਜਾਂਦੀ ਹੈ ਗਾਹਕ ਕੋਲੇ ਪ੍ਰੀਪੇਡ ਸਮਾਰਟ ਮੀਟਰ ਐਪ ਤੇ ਕਨੈਕਟ ਹੋਣ ਦੀ ਸਹੂਲਤ ਹੋਵੇਗੀ ਮੋਬਾਈਲ ਤੋਂ ਹੀ ਮੀਟਰ ਦੀ ਨਿਗਰਾਨੀ ਸੰਭਵ ਹੋ ਸਕੇਗੀ ਇਸ ਦੇ ਲਾਭ ਹੈ ਕਿ ਗਾਹਕ ਆਪਣੀ ਮਨਪਸੰਦ ਬਿਜਲੀ ਕੰਪਨੀ ਤੋਂ ਬਿਜਲੀ ਲੈ ਸਕਦਾ ਹੈ ਪੰਜਾਬ ਦੇ ਵਿਦਿਆਰਥੀਆਂ ਲਈ ਐਮ ਖਬਰਾਂ ਜੀ ਪੇਪਰਾਂ ਤੋਂ ਪਹਿਲਾਂ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਸਰਕਾਰੀ ਸਕੂਲਾਂ ਦੀਆਂ ਨਾਨ ਬੋਰਡ ਕਲਾਸਾਂ ਦੀ ਸਾਲਾਨਾ ਪ੍ਰੀਖਿਆ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ 7 ਮਾਰਚ ਤੋਂ ਸੂਬੇ ਦੇ ਸਰਕਾਰੀ ਸਕੂਲਾਂ ਚ ਨਾਨ ਬੋਰਡ ਕਲਾਸਾਂ ਪਹਿਲੀ ਦੂਜੀ ਤੀਜੀ ਚੌਥੀ 6ਵੀਂ 7ਵੀਂ 9ਵੀਂ ਤੇ ਗਾਇ ਆਰਮੀ ਦੇ ਵਿਦਿਆਰਥੀਆਂ ਦੀ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋਣਗੀਆਂ ਪ੍ਰੀਖਿਆਵਾਂ 22 ਮਾਰਚ ਤੱਕ ਚੱਲਣਗੀਆਂ ਨਾਨ ਬੋਰਡ ਕਲਾਸਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਪੂਰੇ ਸਿਲੇਬਸ ਤੋਂ ਚੱਲਣਗੀਆਂ 6ਵੀਂ 7ਵੀਂ ਤੇ 9ਵੀਂ 11ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਪ੍ਰਸ਼ਨ ਪੱਤਰ ਸਕੂਲ ਮੁਖੀ ਆਪਣੇ ਪੱਧਰ ਤੇ ਸਬੰਧਤ ਵਿਸ਼ਾ ਅਧਿਆਪਕ ਤੋਂ ਤਿਆਰ ਕਰਵਾਉਣਗੇ ਜਿਸ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਜਾਰੀ ਨਵੇਂ ਪੈਟਰਨ ਮੁਤਾਬਕ ਪੂਰੇ ਅੰਕਾਂ ਦਾ ਹੋਣਾ ਚਾਹੀਦਾ ਹੈ LIC ਦੀ ਇਸ ਸਕੀਮ 'ਚ ਉਦੇਸ਼ ਨੂੰ ਮਚਾਈ ਤਮਾਲ 15 ਦਿਨਾਂ 'ਚ ਵਿਕੀਆਂ 50 ਹਜ਼ਾਰ ਤੋਂ ਵੱਧ ਪਾਲਸੀਆਂ ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਬੀਮਾ ਕੰਪਨੀ ਨੇ ਲਾਈਫ ਇੰਸ਼ੋਰੈਂਸ ਜੀਵਨ ਆਜ਼ਾਦ ਪਾਲਸੀ ਨੂੰ ਪਰਵਾਹ ਹੰਗਾਰਾ ਮਿਲਿਆ 10-15 ਦਿਨਾਂ ਦੇ ਵਿੱਚ ਹੀ 50 ਹਜ਼ਾਰ ਆਜ਼ਾਦ ਪਾਲਸੀਆਂ ਵੇਚੀਆਂ ਨੇ LIC ਚੇਅਰਮੈਨ ਐਮ ਕੁਮਾਰ ਨੇ ਵਰਚੁਅਲ ਪ੍ਰੈਸ ਮਿਲਣੀ ਦੌਰਾਨ ਇਸ ਬਾਰੇ ਜਾਣਕਾਰੀ ਦਿੱਤੀ ਇਸ ਨੂੰ ਜਨਵਰੀ 2023 ਦੇ ਵਿੱਚ ਲਾਂਚ ਕੀਤਾ ਹੈ ਜੀਵਨ ਆਜ਼ਾਦ ਸਕੀਮ ਦਾ ਪ੍ਰੀਮੀਅਮ ਅਦਾ ਕਰਨ ਦੀ ਮਿਆਦ 8 ਸਾਲ ਹੈ ਜੇ ਕੋਈ ਵਿਅਕਤੀ 18 ਸਾਲਾਂ ਦੀ ਪਾਲਸੀ ਮਿਆਦ ਦੀ ਚੋਣ ਕਰਦਾ ਤਾਂ 10 ਸਾਲਾਂ ਦੇ ਲਈ ਪ੍ਰੀਮੀਅਮ ਦਾ ਭੁਗਤਾਨ ਕਰਨਾ ਪੈਂਦਾ ਹੈ ਪਾਲਸੀ ਦੀ ਮਿਆਦ ਪੂਰੀ ਹੋਣ ਤੇ ਇੱਕ ਮੁਸ਼ਤਰਾਕਸ਼ੀ ਅਦਾ ਕਰਨ ਦੀ ਕੰਪਨੀ ਗਾਰੰਟੀ ਦਿੰਦੀ ਹੈ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਸਰਕਾਰ ਵੱਲੋਂ ਸਾਈਨ ਬੋਰਡ 21 ਫਰਵਰੀ ਤੋਂ ਪਹਿਲਾਂ ਪੰਜਾਬੀ ਚੂ ਲਿਖਣੇ ਯਕੀਨੀ ਬਣਾਉਣ ਦੇ ਹੁਕਮ ਮੋਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜਨ ਨੇ ਮੋਹਾਲੀ ਜ਼ਿਲ੍ਹਾ ਅਧੀਨ ਆਉਂਦੇ ਸਮੂਹ ਡਿਪਟੀ ਸਰਕਾਰੀ ਅਰਧ ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਨਿੱਜੀ ਅਦਾਰਿਆਂ ਨੂੰ 21 ਫਰਵਰੀ ਤੋਂ ਪਹਿਲਾਂ ਆਪੋ ਆਪਣੇ ਸਾਈਨ ਬੋਰਡ ਪੰਜਾਬੀ ਭਾਸ਼ਾ ਦੇ ਵਿੱਚ ਲਖਵਾਉਣੇ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਨੇ ਇਹ ਹੁਕਮ ਜਾਰੀ ਕਰਦਿਆਂ ਸ਼੍ਰੀਮਤੀ ਆਸ਼ੀਕਾ ਜੈਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਲਗਾਤਾਰ ਯਤਨ ਕਰ ਰਹੀ ਹੈ। ਇੰਗਲੈਂਡ ਅਤੇ ਬੈਲਚੂ ਸਿੱਖਾਂ ਨੂੰ ਅਦਾਲਤ ਵਿੱਚ ਕਿਰਪਾਨ ਸਮੇਤ ਢਾਕਲ ਹੋਣ ਤੇ ਪਾਬੰਦੀ ਸਿੱਖਾਂ ਦੇ ਵੱਲੋਂ ਦਿੱਤੀ ਗਈ ਦਲੀਲ ਮੌਜੂਦਾ ਅਦਾਲਤੀ ਸੁਰੱਖਿਆ ਨੀਤੀ ਦੇ ਤਹਿਤ ਸਿੱਖਾਂ ਨੂੰ ਅਦਾਲਤ ਜਾਂ ਟ੍ਰਿਬਿਊਨਲ ਦੀ ਇਮਾਰਤ ਵਿੱਚ ਕਿਰਪਾਨ ਲਿਆਉਣ ਦੀ ਇਜਾਜ਼ਤ ਨਹੀਂ ਖਬਰ ਬ੍ਰਿਟੇਨ ਤੋਂ ਆ ਰਹੀ ਹੈ ਜਿੱਥੇ ਲਾਰਡ ਚੀਫ ਜਸਟਿਸ ਅਤੇ ਅਪੀਲ ਕੋਰਟ ਦੇ ਉਪ ਪ੍ਰਧਾਨ ਦੁਆਰਾ ਵੀਰਵਾਰ ਨੂੰ ਸੁਣਵਾਈ ਕੀਤੇ ਜਾ ਰਹੇ ਇੱਕ ਕੇਸ ਦੇ ਅਨੁਸਾਰ ਅਭਿਆਸ ਕਰਨ ਵਾਲੇ ਸਿੱਖਾਂ ਨੂੰ ਮੌਜੂਦਾ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇੰਗਲੈਂਡ ਤੇ ਵਿਲੇਜ ਦੇ ਵਿੱਚ ਅਦਾਲਤਾਂ ਜਾਂ ਟ੍ਰਿਬਿਊਨਲ ਚ ਦਾਖਲ ਹੋਣ ਤੇ ਗੈਰ ਕਾਨੂੰਨੀ ਤੌਰ ਤੇ ਪਾਬੰਦੀ ਲੱਗਣ ਦਾ ਖਤਰਾ ਹੈ ਮੈਜਿਸਟ੍ਰੇਟ ਦੀ ਇਮਾਰਤ ਚ ਦਾਖਲ ਹੋਣ ਤੋਂ ਰੋਕਿਆ ਗਿਆ ਜਦੋਂ ਉਹਨਾਂ ਨੇ ਕਿਰਪਾਨ ਨਹੀਂ ਉਤਾਰ ਦਿੱਤੀ ਗਈ ਅਦਾਲਤੀ ਸੁਰੱਖਿਆ ਨੀਤੀ ਦੇ ਤਹਿਤ ਸਿੱਖਾਂ ਨੂੰ ਅਦਾਲਤ ਜਾਂ ਟ੍ਰਿਬਿਊਨਲ ਦੀ ਇਮਾਰਤ ਚ ਕਿਰਪਾਨ ਲਿਆਉਣ ਦੀ ਇਜਾਜ਼ਤ ਹੈ ਜੇਕਰ ਸੱਚਮੁੱਚ ਉੱਚ ਲੰਬਾਈ 6 ਇੰਚ ਤੋਂ ਵੱਧ ਨਾ ਹੋਵੇ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਬੰਦੀ ਸਿੰਘ ਜੇਲ੍ਹ ਤੋਂ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਮੁਹੱਲਾ ਚੰਦੀਗੜ੍ਹ ਬਾਰਡਰ ਤੇ ਡਟਿਆ ਹੋਇਆ ਜੀ ਐਮ ਖਬਰ ਸਾਹਮਣੇ ਆਈ ਹੈ ਜੀ ਅੰਮ੍ਰਿਤਸਰ ਜੇਲ੍ਹ ਚੋਂ ਬੰਦੀ ਸਿੰਘਾਂ ਨੂੰ 2 ਮਹੀਨੇ ਦੀ ਪੈਰੋਲ ਮਿਲ ਗਈ ਹੈ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਨੂੰ 2 ਮਹੀਨੇ ਦੀ ਪੈਰੋਲ ਤੇ ਬਾਹਰ ਆਇਆ ਹੈ ਦਿੱਲੀ ਬੰਬ ਤਮਾਕੇ ਦੇ ਮਾਮਲੇ ਚ ਅੰਮ੍ਰਿਤਸਰ ਜੇਲ੍ਹ ਚੋਂ ਬੰਦ ਹੈ ਤੇ 1990 ਦੇ ਵਿੱਚ ਗ੍ਰਿਫਤਾਰ ਸੀ 1991 ਚ ਕਰਨਾਟਕ ਚ ਕੇਸ ਦੀ ਸੁਣਵਾਈ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦੇ ਵਿੱਚ ਵੱਧ ਸਕਦਾ ਬੱਸਾਂ ਦਾ ਕਿਰਾਇਆ ਪੀਆਰਟੀਸੀ ਪੇਸ਼ ਸਕਦੀ ਹੈ ਸਰਕਾਰ ਨੂੰ ਤਜਵੀਜ਼ ਪੈਪਸੂ ਰੂਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਬੱਸਾਂ ਦੇ ਕਿਰਾਏ ਤੇ 10 ਪੈਸੇ ਪਰਤੇ ਹੀ ਖਰਚਾ ਵਧਾਉਣ ਦੀ ਤਿਆਰੀ ਕਰ ਲਈ ਹੈ ਜੀ ਪੰਜਾਬ ਦੇ ਵਿੱਚ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਹੁਣ ਬੱਸਾਂ ਦਾ ਕਿਰਾਇਆ ਵਧਣ ਦੇ ਅਸਾਰ ਬਣ ਗਏ ਨੇ ਪੀਆਰਟੀਸੀ ਨੇ ਇਸ ਬਾਰੇ ਸਰਕਾਰ ਨੂੰ ਤਜਵੀਜ਼ਾਂ ਪੇਜ ਦਿੱਤੀ ਹੈ ਸੂਤਰ ਦੱਸਦੇ ਨੇ ਕਿ ਪੈਪਸ ਰੂਟ ਟ੍ਰਾਂਸਪੋਰਟ ਕਾਰਪੋਰੇਸ਼ਨ ਬੱਸ ਦੇ ਕਿਰਾਏ ਤੇ 10 ਪੈਸੇ ਪ੍ਰਤੀ ਖਰਚਾ ਵਧਾਉਣ ਦੀ ਤਿਆਰੀ ਕਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਇਸ ਸੰਬੰਧੀ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ ਜਿਸ ਕਾਰਨ ਕਾਰਪੋਰੇਸ਼ਨ ਦੇ ਆਰਥਿਕ ਬੋਝ ਵਧ ਰਿਹਾ ਤੇ ਇਸ ਦੇ ਵਿਚਕਾਰ ਸਰਕਾਰ ਨੂੰ ਬੱਸਾਂ ਦਾ ਭੁਗਤਾਨ ਕਰਨ ਦੀ ਤਜਵੀਜ਼ ਭੇਜੀ ਜਾਣ ਲੱਗੀ ਹੈ ਕੌਮਨ ਸਾਫ ਮੋਰਚੇ ਦੇ ਸੰਘਰਸ਼ ਨੂੰ ਪਿਆ ਬੂਰ ਇਸ ਸੰਬੰਧੀ ਸਿੰਘ ਨੂੰ ਮਿਲੀ 2 ਮਹੀਨੇ ਦੀ ਪੈਰੋਲ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੱਲ ਰਿਹਾ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਮੋਰਚੇ ਦੇ 31 ਮੈਂਬਰੀ ਜਥੇ ਵੱਲੋਂ ਲਗਾਤਾਰ ਚੰਡੀਗੜ੍ਹ ਤੇ ਮੁਹਾਲੀ ਦੇ ਵਿੱਚ ਸਰਕਾਰ ਦੇ ਖਿਲਾਫ ਨਾਰੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਮੋਗਾ ਦੇ ਵਿੱਚ ਪੁਲਿਸ ਇਨਸਪੈਕਟਰ ਦੇ ਖਿਲਾਫ ਦਰਜ ਹੋਈ ਐਫ ਆਈ ਆਰ ਹੈਰਾਨ ਕਰਨ ਵਾਲਾ ਮਾਮਲਾ ਸੂ ਮੋਗਾ ਦੇ ਵਿੱਚ ਦੋ ਤਿਰਾਂ ਵਿਚਕਾਰ ਆਪਸੀ ਰਾਜੀਨਾਮਾ ਕਰਵਾਉਣ ਦੇ ਮਾਮਲੇ ਵਿੱਚ ਕੀਤੀ ਗਈ ਜਾਂਚ ਤੋਂ ਬਾਅਦ ਪੁਲਿਸ ਇੰਸਪੈਕਟਰ ਪੁਸ਼ਪਿੰਦਰ ਸਿੰਘ ਹਰਦੀਪ ਹੈਪੀ ਰਕੇਸ਼ ਕੁਮਾਰ ਤੇ ਸਾਫ ਕਾ ਸਰਪੰਚ ਦਰਸ਼ਨ ਸਿੰਘ ਦੇ ਖਿਲਾਫ ਧੋਖਾਧੜੀ ਤੇ ਹੋਰ ਨਾਤਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਇੰਸਪੈਕਟਰ ਪੁਸ਼ਪਿੰਦਰ ਸਿੰਘ ਪੱਪੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਜੀ ਮਾਮਲੇ 'ਚ ਮੈਨੂੰ ਝੂਠਾ ਫਸਾਇਆ ਜਾ ਰਿਹਾ ਮੇਰਾ ਅਕਸ ਖਰਾਬ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਜੀ ਨਾ ਤਾਂ ਮੈਂ ਪੈਸੇ ਲੈਣੇ ਤੇ ਨਾ ਹੀ ਮੇਰਾ ਕੋਈ ਲੈਣ ਦੇਣ ਨਹੀਂ ਮੈਂ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦੀ ਵਿਦਾਇਗੀ ਸੁਰੱਖਿਆ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਹੰਗਾਮਾ ਸੁਰੱਖਿਆ ਦੇ ਵਿੱਚ ਲੱਗੇ ਪੁਲਿਸ ਮੁਲਾਜ਼ਮਾਂ ਦੀ ਗਿਣਤੀ 40 ਦੇ ਕਰੀਬ ਕਰ ਦਿੱਤੀ ਗਈ ਹੈ ਭਗਵੰਤ ਮਾਨ ਨੇ ਪਿਛਲੇ ਸਾਲ ਜੁਲਾਈ ਦੇ ਵਿੱਚ ਗੁਰਪ੍ਰੀਤ ਕੌਰ ਦੇ ਨਾਲ ਵਿਆਹ ਕੀਤਾ ਸੀ ਮੁੱਖ ਮੰਤਰੀ ਦੀ ਸਪੈਸ਼ਲ ਪ੍ਰੋਟੈਕਸ਼ਨ ਜੂਨਟ ਦੇ ਏ ਡੀਜੀਪੀ ਏਕੇ ਪਾਂਡੇ ਨੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜ ਜਿਹਨੂੰ ਬਿਗ ਬ੍ਰੇਕਿੰਗ ਨਿਊਜ਼ ਕਹਿੰਦੇ ਆ ਮੋਗਾ ਪੈਲਸ ਚ ਮਸ਼ਹੂਰ ਪੰਜਾਬੀ ਗਾਇਕ ਅਮਰਤ ਮਾਨ ਦੇ ਸ਼ੋਅ ਦੌਰਾਨ ਹੋਇਆ ਹੰਗਾਮਾ ਮੋਗਾ ਦੇ ਇੱਕ ਪੈਲੈਸ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਅਮਰਤਮਾਨ ਦੇ ਸ਼ੋਅ ਦੌਰਾਨ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਇੱਕ ਪ੍ਰਸ਼ੰਸਕ ਬਲਪ੍ਰੀਤ ਨੇ ਗਾਇਕ ਨਾਲ ਉਸਦੀ ਫੋਟੋ ਕਲਿੱਕ ਕਰਵਾਉਣ ਲਈ ਸਟੇਜ ਤੇ ਚੜਨ ਦੀ ਕੋਸ਼ਿਸ਼ ਕੀਤੀ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਵਾਪਸ ਭੇਜ ਦਿੱਤਾ ਵਿਵਾਦ ਕਾਰਨ ਗਾਇਕ ਨੇ ਸ਼ੋਅ ਬੰਦ ਕਰ ਦਿੱਤਾ ਸਥਿਤੀ ਉਸ ਸਮੇਂ ਵਿਗੜ ਗਈ ਜਦੋਂ ਆਪਣੇ ਸਾਥੀਆਂ ਨਾਲ ਵਿਆਹ ਸਮਾਗਮ ਚੋਂ ਬੈਠੇ ਬਲਪ੍ਰੀਤ ਨਾਲ ਗਾਇਕ ਦੇ ਸੁਰੱਖਿਆ ਕਰਮਚਾਰਮੀਆਂ ਤੇ 515 16 ਬਾਉਂਸਰਾਂ ਨੇ ਕਥਿਤ ਤੌਰ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ ਫੈਨ ਵੱਲ ਪ੍ਰੀਤ ਕਾਂਗਰਸ ਦੇ ਮੌਜੂਦਾ ਸਰਪੰਚ ਦਾ ਭਰਾ ਦੱਸਿਆ ਜਾ ਰਿਹਾ ਹੈ। ਪ੍ਰਸ਼ੰਸਕਾਂ ਤੇ ਸੁਰੱਖਿਆ ਕਰਮੀਆਂ ਵਿਚਕਾਰ ਕਥਿਤ ਝਗੜਾ ਕੁਝ ਪਤਵੰਤਿਆਂ ਨੇ ਸੁਲਝਾ ਦਿੱਤਾ ਮਾਹੌਲ ਵਿਗੜਿਆ ਥਾਣਾ ਸਿਟੀ ਮੋਗਾ ਦੀ ਪੁਲਿਸ ਨੇ ਫੈਨ ਦੇ ਗੱਡੀਆਂ 'ਤੇ ਛਾਪੇ ਮਾਰੇ ਇਸ ਤੋਂ ਬਾਅਦ ਰੋਵ ਵਿੱਚ ਆਏ ਪਿੰਡ ਵਾਸੀਆਂ ਨੇ ਸਰਪੰਚ ਸਿਮਰਜੀਤ ਸਿੰਘ ਰਿੱਕੀ ਕਲਕਲਾਂ ਦੀ ਅਗਵਾਈ ਵਿੱਚ ਥਾਣਾ ਮੋਗਾ ਦੇ ਵਿੱਚ ਸ਼ਿਕਾਇਤ ਦਿੱਤੀ। ਹੈਰਾਨੀਜਨਕ ਮਾਮਲਾ ਜੀ ਬੈਂਕ ਚ ਰੱਖੇ ਲੱਖਾਂ ਰੁਪਇਆ ਨੂੰ ਲੱਗੀ ਸਿਉਂਕ ਮੈਨੇਜਰ ਦਾ ਸਪਸ਼ਟਿਕਰਨ ਰਾਜਸਥਾਨ ਦੇ ਉਦੇਪੁਰ ਦੇ ਇੱਕ ਬੈਂਕ ਦੇ ਲਾਕਰ ਵਿੱਚ ਰੱਖੇ ਲੱਖਾਂ ਰੁਪਇਆ ਨੂੰ ਸਿਉਂਕ ਲੱਗੀ ਆ ਜੀ ਲਾਕਰ ਚ ਇੱਕ ਥੈਲੀ ਚ 5-500 ਦੇ ਨੋਟ ਕਾ ਗਈ ਆ ਨੋਟ ਜਿਸ ਵਕਤੀ ਨੇ ਰੱਖੇ ਸੀ ਜਦੋਂ ਉਹ ਥੈਲੀਕਾਰ ਲੈ ਕੇ ਗਿਆ ਤਾਂ ਉਹ ਹੈਰਾਨ ਹੋ ਗਿਆ ਉਦੇਪੁਰ ਸ਼ਹਿਰ ਦੇ ਪੰਜਾਬ ਨੈਸ਼ਨਲ ਬੈਂਕ ਦੇ ਲਾਕਰ ਚ ਲੱਖਾਂ ਰੁਪਇਆ ਨੂੰ ਸਿਉਂਕ ਲੱਗੀ ਹੈ ਜਦੋਂ ਉਸਨੇ ਵੇਖਿਆ ਤਾਂ ਉਸਨੇ ਸ਼ਿਕਾਇਤ ਕੀਤੀ ਉਸ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਦੇ ਹੋਰ ਲੋਕਰਾਂ ਨੂੰ ਵੀ ਸਿਉਂਕ ਲੱਗੀ ਹੋਈ ਹੈ ਜਿੱਥੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ ਹੁਣ ਭਰਤੀ ਪ੍ਰੀਖਿਆਵਾਂ 'ਚੋਂ ਨਕਲ ਮਾਰਨ ਜਾਂ ਮਰਵਾਉਣ ਵਾਲਿਆਂ ਨੂੰ ਹੋਵੇਗੀ ਉਮਰ ਕੈਟ ਤੇ 10 ਕਰੋੜ ਰੁਪਏ ਦਾ ਜੁਰਮਾਨਾ ਉਸ ਤੋਂ ਵੱਡੀ ਖਬਰ ਉਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਸੇਵਾਮੁਕਤ ਗਰਮੀਤ ਸਿੰਘ ਨੇ ਸੂਬੇ ਦੇ ਵਿੱਚ ਭਰਤੀ ਪ੍ਰੀਖਿਆਵਾਂ 'ਵਾਂ ਵਿਚ ਨਕਲ ਜਾਂ ਹੋਰ ਗਲਤ ਟੰਗ ਵਰਤਨ ਖਿਲਾਫ ਆਰਡੀਨੈਂਸ ਨੂੰ ਮਨਜ਼ੂਰੀ ਦਿੱਤੀ ਹੈ ਰਾਜਪਾਲ ਨੇ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਕਾਨੂੰਨ ਬਣ ਕੇ ਉੱਤਰਾਖੰਡ ਵਿੱਚ ਭਰਤੀ ਪ੍ਰੀਖਿਆਵਾਂ ਵਿੱਚ ਪ੍ਰਸ਼ਨ ਪੱਤਰ ਛਾਪਣ ਤੋਂ ਲੈ ਕੇ ਨਤੀਜੇ ਪ੍ਰਕਾਸ਼ਿਤ ਕਰਨ ਤੱਕ ਜੇਕਰ ਕੋਈ ਵੀ ਵਿਅਕਤੀ ਗਲਤ ਟੰਗ ਅਪਣਾਉਂਦਾ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ 10 ਕਰੋੜ ਰੁਪਏ ਜੁਰਮਾਨਾ ਤੇ ਉਮਰ ਕੈਦ ਦੀ ਸਜ਼ਾ ਹੋਵੇਗੀ ਇਸ ਹਫਤੇ 2000 ਰੁਪਏ ਸਸਤਾ ਹੋਇਆ 900 ਡਾਲਰ ਸੂਚਕੰਕ ਤੇ ਯੂਐਸ ਬਾਂਡ ਉਪਜ ਵਿੱਚ ਅਸਥਿਰਤਾ ਦੇ ਕਾਰਨ ਸੋਨੇ ਦੀਆਂ ਕੀਮਤਾਂ ਚ ਪਿਛਲੇ ਹਫਤੇ ਮੁਨਾਫਾ ਬੁਕਿੰਗ ਦਬਾ ਦੇਖਿਆ ਗਿਆ April 2023 ਲਈ ਸੋਨੇ ਦਾ ਫਿਊਚਰ ਕੰਟਰੈਕਟ 56780 ਰੁਪਏ ਪ੍ਰਤੀ 10 ਗ੍ਰਾਮ ਤੇ ਖਤਮ ਹੋਇਆ ਹੈ। ਅਗਲੀ ਵੱਡੀ ਖਬਰ ਹੈ ਜੀ ਕੈਨੇਡਾ ਦੇ ਵਿੱਚ ਬੈਠੇ ਮੁੰਡੇ ਲਈ ਲੰਬੀ ਕੂੜੀ ਆਇਲੈਂਡਸ ਕਰਕੇ ਪਹੁੰਚੀ ਇੰਗਲੈਂਡ ਫਿਰ ਖਾਣਾ ਖਾਇਆ اصل ਰੰਗ ਸੁਬ ਦੇਸ਼ ਦੇ ਵਿੱਚ ਸੈਟਲ ਹੋਣ ਦੇ ਨਾਮ ਤੇ 33,73,000 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਤੇ ਫਾਤੂ ਟਿੰਗਾ ਦੀ ਪੁਲਿਸ ਨੇ ਤਿੰਨ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਚ ਨਾਮਜ਼ਦ ਤਿੰਨੇ ਮੁਲਜ਼ਮ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ ਤੇ ਇਸ ਮਾਮਲੇ ਚ ਫਿਲਹਾਲ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਭਾਜਪਾ ਨੇ ਬਲਵੀਰ ਸਿੱਧੂ ਨੂੰ ਲਾਇਆ ਉਪ ਪ੍ਰਧਾਨ ਭਾਰਤੀ ਜਨਤਾ ਪਾਰਟੀ ਨੇ ਬਲਵੀਰ ਸਿੱਧੂ ਨੂੰ ਸੂਬਾ ਮੀਤ ਪ੍ਰਧਾਨ ਲਾਇਆ ਸਬੰਧੀ ਭਾਰਤੀ ਜਨਤਾ ਪਾਰਟੀ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ ਅੱਜ ਹੀ ਖਤਮ ਹੋਣ ਵਾਲਾ ਹੈ ਵੀਜੇ ਦਾ ਵੱਡਾ ਚੰਜੜ ਜੇਕਰ ਤੁਸੀਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਪਹਿਲਾਂ ਹੀ ਅਮਰੀਕਾ ਵਿੱਚ ਰਹਿ ਰਹੇ ਹੋ ਕੰਮ ਕਰ ਰਹੇ ਹੋ ਤੁਹਾਡੇ ਲਈ ਚੰਗੀ ਖਬਰ ਅਮਰੀਕਾ ਦੇ ਵੀਜ਼ਾ ਨੂੰ ਲੈ ਕੇ ਤੁਹਾਡੀ ਬਹੁਤ ਡੀ ਮੁਸੀਬਤ ਖਤਮ ਹੋਣ ਵਾਲੀ ਹੈ ਜੇ ਅਮਰੀਕਾ ਆਪਣੀ ਵੀਜ਼ਾ ਪਾਲਿਸੀ ਚ ਵੱਡਾ ਬਦਲਾ ਕਰਨ ਜਾ ਰਿਹਾ ਜੀ H1B ਤੇ L1 ਵੀਜ਼ੇ ਬਾਰੇ ਅਮਰੀਕਾ ਆਪਣੀ ਡੈਮੋਸਟਿਕ ਵੀਜ਼ਾ ਰੀਵੈਲੀਡੇਸ਼ਨ ਪਾਲਿਸੀ ਨੂੰ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਜੀ ਅਜਿਹਾ ਹੁੰਦਾ ਤਾਂ ਤੁਹਾਨੂੰ US ਵੀਜ਼ਾ ਰੀਨਿਊ ਕਰਨ ਦੇ ਲਈ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ ਰੂਸ ਯੂਕਰੇਨ ਨੇ 71 ਮਜ਼ਾਈਲਾਂ ਨਾਲ ਕੀਤਾ ਹਮਲਾ ਰੂਸ ਨੇ ਯੂਕਰੇਨ ਤੇ ਇੱਕ ਵਾਰ ਫਿਰ ਜ਼ਬਰਦਸਤ ਹਮਲਾ ਕੀਤਾ ਜੇ ਰੂਸ ਦੀ ਫੌਜ ਨੇ ਯੂਕਰੇਨ ਤੇ ਵੱਡੀ ਗਿਣਤੀ ਚ ਮਜ਼ਾਈਲਾਂ ਨਾਲ ਹਮਲਾ ਕੀਤਾ ਜਲੰਘੀਤ ਦਾ ਪਹਿਲਾਂ ਤੋਂ ਤਬਾਹ ਹੋ ਚੁੱਕਿਆ ਦੇਸ਼ ਹੋਰ ਵੀ ਜ਼ਿਆਦਾ ਖੰਡਰ ਦੇ ਵਿੱਚ ਤਬਦੀਲ ਹੋ ਗਿਆ ਸ਼ੁਰੂ ਹੋਏ ਰੂਸੀ ਹਮਲੇ ਚ ਪੂਰਬੀ ਤੇ ਦੱਖਣੀ ਯੂਕਰੇਨ ਨੂੰ ਨਿਸ਼ਾਨਾ ਬਣਾਇਆ ਗਿਆ ਰੂਸੀ ਫੌਜ ਨੇ ਨਾ ਹਮਲੇ ਲਈ ਕਰੂਜ਼ ਮਜ਼ਾਈਲਾਂ ਤੇ ਡਰੋਨ ਦਾ ਇਸਤੇਮਾਲ ਕੀਤਾ ਯੂਕਰੇਨ ਨੇ ਦਾਅਵਾ ਕੀਤਾ ਕਿ ਰੂਸ ਦੇ ਹਮਲੇ ਯੁੱਧ ਦੇ 1 ਸਾਲ ਪੂਰਾ ਹੋਣ ਤੋਂ ਪਹਿਲਾਂ ਕਾਫੀ ਤੇਜ਼ ਹੋ ਗਏ ਨੇ ਯੂਕਰੇਨ ਦੇ ਫੌਜੀ ਫੌਜ ਮੁਖੀ ਜਨਰਲ ਵਾਲੇਰੀ ਜਾਲੂਸ਼ੀਨੀ ਨੇ ਕਿਹਾ ਹੈ ਕਿ ਰੂਸੀ ਫੌਜ ਨੇ ਦੇਰ ਰਾਤ 71 ਕਰੂਜ਼ ਮਜ਼ਾਈਲਾ ਤੇ 35 S300 ਮਜ਼ਾਈਲਾ ਦਾਗੀਆਂ ਇਸ ਤੋਂ ਇਲਾਵਾ 7 ਡਰੋਨ ਹਮਲੇ ਕੀਤੇ ਗਏ ਨੇ ਤੁਸੀਂ ਵੀ ਲੈਣ ਜਾ ਰਹੇ ਹੋ ਆਨਲਾਈਨ ਕਰਜ਼ਾ ਤਾਂ ਤੁਹਾਡੇ ਲਈ ਵੱਡੀ ਦੁਖਦਾਈ ਖਬਰ ਆ ਸੂਖਮ ਕਰਜ਼ਾ ਦੇਣ ਵਾਲਿਆਂ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਜਾਣਨ ਦੀ ਲੋੜ ਆ ਜੀ ਲੋੜਬੰਦ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਨੇ ਸੋ ਲੋਨ ਐਪਸ ਡਾਊਨਲੋਡ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ ਕਿਉਂਕਿ ਉਹ ਤੁਹਾਡੇ ਨਿੱਜੀ ਡਾਟਾ ਤੱਕ ਪਹੁੰਚਣ ਦੀ ਇਜਾਜ਼ਤ ਮੰਗਦੇ ਨੇ ਤੁਹਾਡਾ ਫੋਨ ਨੰਬਰ ਤੇ ਫੋਟੋ ਸ਼ਾਮਲਾ ਜਿਸ ਦੀ ਦੁਰਵਰਤੋਂ ਹੋ ਸਕਦੀ ਹੈ ਪੰਜਾਬ ਨੂੰ ਕੌਣ ਮੰਗ ਖਾ ਰਿਹਾ ਜੀ ਚਟਾ ਬਠਿੰਡਾ ਜੋ 22 ਸਾਲਾ ਮੁਟਿਆਰ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਤੋਂ ਵੱਡੀ ਦੁਖਦਈ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਚ ਖੋਲੇ ਮੁਹੱਲਾ ਕਲੀਨਿਕਾਂ ਨੂੰ ਚੋਰ ਪ੍ਰਿੰਟਰ ਤੇ ਸੀ ਲੈ ਕੇ ਹੋਏ ਫਰਾਰ ਪੰਜਾਬ ਦੇ ਵਿੱਚ ਮਾਨ ਸਰਕਾਰ ਨੇ ਖਿੱਚੀ ਲੋਕ ਸਭਾ ਚੋਣਾਂ ਦੀ ਤਿਆਰੀ ਬਜਟ ਸੈਸ਼ਨ ਦੌਰਾਨ ਹੋ ਸਕਦਾ ਅਹਿਮ ਐਲਾਨ ਜਥੇਦਾਰ ਰਾਜਾ ਰਾਜ ਦੇ ਪਰਿਵਾਰ ਤੇ ਪੰਜਾਬ ਪੁਲਿਸ ਨੇ 22% ਕੌਮੇ ਇਨਸਾਫ ਮੋਰਚੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਕੌਮੇ ਇਨਸਾਫ ਮੋਰਚੇ ਦੇ ਵਿੱਚ ਵੱਡਾ ਕੌਮੀ ਇਨਸਾਫ ਮੋਰਚੇ ਨੇ ਪੰਜਾਬ ਪੁਲਿਸ ਤੇ ਗੰਭੀਰ ਇਲਜ਼ਾਮ ਲਾਇਆ ਉਹਨਾਂ ਦਾ ਕਹਿਣਾ ਹੈ ਕਿ ਜੱਥੇਦਾਰ ਰਾਜਾ ਰਾਮ ਦੇ ਪਰਿਵਾਰ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਰਾਜਾ ਰਾਮ ਦੇ ਬਿਰਧ ਮਾਤਾਂ ਨੂੰ ਵੀ ਪੰਜਾਬ ਪੁਲਿਸ ਵੱਲੋਂ ਕੁੱਟਮਾਰ ਦਾ ਤਸ਼ੱਦਦ ਉਹਨਾਂ ਦੇ ਕੀਤਾ ਜਾ ਰਿਹਾ 5 ਸਾਲਾਂ ਅੰਦਰ ਗਰਦਾਸਪੁਰ ਚ ਦੁੱਗਣਾ ਹੋਇਆ ਮੁਸੀਬਾ ਆਇਆ ਜਾਰਾ ਸੋ ਵੱਡੀ ਖਬਰ ਗਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਰੋਜ਼ਾਨਾ 54 ਕਰੋੜ ਦੀ ਸਬਸਿਡੀ ਨੇ ਖਤਮ ਕੀਤਾ ਬਿਜਲੀ ਵਿਭਾਗ ਦਾ ਪੈਸਾ ਮੁਲਾਜ਼ਮਾਂ ਦੀ ਤਨਖਾਹ ਦੇਣ ਦੇ ਲਈ 500 ਕਰੋੜ ਲਿਆ ਉਧਾਰ ਪੰਜਾਬ ਚੋਂ ਅਧਿਆਪਕ ਸਿਰਫ ਪੜਾਉਣ ਦਾ ਕੰਮ ਕਰਨ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਛੋਮਨੀ ਕਾਲੀਦਾਲ ਵੱਲੋਂ ਹਲਕਾ ਇੰਚਾਰਜ ਬਦਲਣ ਤੋਂ ਬਾਅਦ ਵਿਧਾਇਕ ਬੋਨੀ ਅਮਰਪਾਲ ਦੇ ਵੱਲੋਂ ਅਜਨਾਲਾ ਵੱਲੋਂ ਵਰਕਰਾਂ ਦੇ ਨਾਲ ਮੀਟਿੰਗ ਦੱਖਣੀ ਅਫਰੀਕਾ ਦੇ ਮਸ਼ਹੂਰ ਰੈਪਰ ਆਕਾ ਦਾ ਗੋਲੀਆਂ ਮਾਰ ਕੇ ਕਤਲ ਸ਼ੋਅ ਤੋਂ ਪਹਿਲਾਂ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ ਦੱਖਣੀ ਅਫਰੀਕਾ ਦੇ ਮਸ਼ਹੂਰ ਰੈਪਰ ਆਕਾ ਜਿਸ ਦਾ ਅਸਲੀ ਨਾਮ ਕੀਰਨਰ ਜੈਰੀ ਫੋਰਾ ਦੱਖਣੀ ਅਫਰੀਕਾ ਦੇ ਡਰਬਨ ਚੋਂ ਗੋਲੀ ਮਾਰ ਦਿੱਤੀ ਗਈ ਗੱਡੀਆਂ ਦੀ ਰੇਸ ਦੌਰਾਨ ਤੜਾ ਤੜ ਤੋਂ ਵੱਖ ਹੋਇਆ ਨੌਜਵਾਨ ਸਿਰ ਦਾ ਸੇਰ ਲੱਭਦਾ ਰਹੇਗਾ ਪਰਿਵਾਰ 48 ਘੰਟੇ ਦੇ ਬਾਅਦ ਵੀ ਨਹੀਂ ਮਿਲਿਆ ਸੋ ਦੋ ਕਾਰਾਂ ਦੀ ਰੇਸ 'ਚੋ ਸਾਈਕਲ ਸਵਾਰ ਨੌਜਵਾਨ ਲਪੇਟ 'ਚ ਆ ਗਿਆ ਜ਼ਬਰਦਸਤ ਇਨੀ ਟੱਕਰ ਇਨੀ ਜ਼ਬਰਦਸਤ ਕਿ ਮ੍ਰਿਤਕ ਦਾ ਸਿਰ ਕਾਰ ਦੇ ਵਿੱਚ ਫਸ ਗਿਆ ਬਦਮਾਸ਼ ਕਾਰ ਰੋਕਣ ਦੀ ਬਜਾਏ ਮ੍ਰਿਤਕ ਦਾ ਸਿਰ ਕਾਰ ਦੇ ਸਮੇਤ ਲੱਗੇ 48 ਘੰਟੇ ਤੋਂ ਬਾਅਦ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਨਹੀਂ ਪਤਾ ਲੱਗਾ ਕਿ ਨੌਜਵਾਨ ਦਾ ਸਿਰ ਕਿੱਥੇ ਹੈ ਫੌਜ ਵੀ ਆਵੇ ਤਾਂ ਵੀ ਟਿਊਬਵੈੱਲ ਤੇ ਬਿਜਲੀ ਮੀਟਰ ਨਹੀਂ ਲੱਗਣ ਦਵਾਗੇ ਟਿਕਟ ਦਾ ਵੱਡਾ ਬਿਆਨ ਹਰਿਆਣਾ ਤੋਂ ਖਬਰ ਹੈ ਸਕੂਲੀ ਵਿਦਿਆਰਥੀਆਂ ਨੂੰ ਵਾਪਸ ਕਰਨਾ ਪਵੇਗਾ ਟੈਬਲੇਟ ਨਹੀਂ ਤਾਂ ਰੋਕ ਦਿੱਤਾ ਜਾਵੇਗਾ ਜੀ ਰੂਲ ਨੰਬਰ ਤੁਰਕੀ ਪੋਚਾਲਚੂ ਇੱਕ ਭਾਰਤੀ ਨੇ ਅਗਵਾਈ ਜਾਨ ਭਾਰਤੀ ਦੂਤਾਵਾਸ ਨੇ ਕੀਤੀ ਵਿਜੇ ਕੁਮਾਰ ਦੀ ਮੌਤ ਦੀ ਪੁਸ਼ਟੀ ਮਕਾਨ ਬਣਾਉਣ ਦੇ ਲਈ ਸਸਤੀ ਰੇਤਾ ਦਾ ਇੰਤਜ਼ਾਰ ਕਰ ਰਹੇ ਲੋਕਾਂ ਦੇ ਲਈ ਅਹਿਮ ਖਬਰ ਆ ਜੀ ਨਾ ਤਾਂ ਸਸਤੀ ਰੇਤਾ ਮਿਲੇਗੀ ਨਾ ਹੀ ਬਜਰੀ ਪੰਜਾਬ ਸਰਕਾਰ ਵੱਖ-ਵੱਖ ਥਾਵਾਂ ਤੇ ਜਿਹੜੇ ਨਵੇਂ ਵਿਕਰੀ ਕੇਂਦਰ ਖੋਲਣ ਜਾ ਰਹੀ ਹੈ ਉਹ ਨਹੀਂ ਖੁੱਲਣਗੇ ਨਵੇਂ ਇੰਡਸਟਰੀ ਬਣਾਉਣ ਦੇ ਲਈ ਪਰਵਾਣੀ ਨੂੰ